ਹਾਂਜੀ ਵੀਰ, ਮੇਰੇ ਵੱਲੋਂ ਸਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਆਪਾਂ ਕੋਠੇ ਦਾ ਮੈਂ ਜਿੰਦਾ ਖੋਲ੍ਹਿਆ ਅਤੇ ਵਿੱਚ ਸ਼ੈਡ ਦੇ ਉੱਤੇ ਕੰਧ ਪਈ ਸੀ, ਤੁਸੀਂ ਦੇਖੀ ਹੋਣੀ ਆ ਵੀਡੀਓ ਦੇ ਵਿੱਚ। ਆਹ ਦੇਖੋ ਕੰਧ ਪਈ ਆ, ਨੱਕਾ ਬੰਨਾ ਕਰਦੇ ਸੀਗੇ ਅਤੇ ਝੋਨਾ ਮੇਰੇ ਹਿਸਾਬ ਨਾਲ ਵੀ ਆ ਤਾਂ ਥੋੜ੍ਹੇ ਦਿਨ ਹੀ ਕੱਟੂਗਾ। ਅਤੇ ਕਮੈਂਟ ਦੇ ਵਿੱਚ ਜ਼ਰੂਰ ਦੱਸ ਦਿਓ ਕਿਹਦਾ ਝੋਨਾ ਕੀ ਹਿਸਾਬ ਦੇ ਝਾੜ ਨਾਲ ਨਿਕਲਿਆ ਗਾ, ਹੈ ਨਾ। ਅਤੇ ਮੈਂ ਵੀ ਬਸ ਲਾਸਟ ਪਾਣੀ ਲਾਈ ਜਾਂਦਾ ਕਣਕ ਨੂੰ ਰਾਉਣੀ ਕਰਦੇ। ਇੱਕ ਮੈਂ ਸਵਰਾਜ ਟਰੈਕਟਰ ਦੀ ਫੋਟੋਆਂ ਮੈਂ ਸਾਈਡ ਦੇ ਉੱਤੇ ਲਾਉਣਾ ਗਾ, ਵੀਰ ਦਾ ਨੰਬਰ ਵੀ ਸਾਈਡ ਦੇ ਉੱਤੇ ਆਊਗਾ ਅਤੇ ਮਾਨਸਾ ਜ਼ਿਲ੍ਹਾ ਵੀਰ ਦਾ ਪੰਜਾਬ ਨੰਬਰ ਹੈ, ਠੀਕ ਹੈ ਜੀ। ਸਵਰਾਜ 744 ਮਾਡਲ ਹੈਗਾ, 744 ਹੈਗਾ। ਅਤੇ ਜਿਹੜਾ ਵੀਰ ਨੇ ਪ੍ਰਾਈਜ਼ ਜਾਂ ਮਾਡਲ ਹੈ ਉਹ ਸਾਰਾ ਕੁਛ ਫੋਨ ਦੇ ਉੱਤੇ ਦੱਸੂਗਾ ਵੀਰ, ਤੁਸੀਂ ਫੋਟੋਆਂ ਸਾਈਡ ਦੇ ਉੱਤੇ ਦੇਖ ਲਓ, ਠੀਕ ਹੈ ਜੀ। ਬਹੁਤ ਸੋਹਣਾ ਟਰੈਕਟਰ ਖੜਾ ਹੈਗਾ, ਮਾਨਸਾ ਜ਼ਿਲ੍ਹਾ ਪੰਜਾਬ ਨੰਬਰ ਹੈ, 744 ਟਰੈਕਟਰ ਹੈ। ਫੋਨ ਦੇ ਉੱਤੇ ਰੇਟ ਮਾਡਲ ਸਾਰਾ ਕੁਛ ਵੀਰ ਫੋਨ ਦੇ ਉੱਤੇ ਹੀ ਦੱਸੂਗਾ ਤੁਹਾਨੂੰ, ਠੀਕ ਹੈ ਜੀ। ਨੰਬਰ ਮੈਂ ਵੀਰ ਦਾ ਸ਼ੋਅ ਕਰੀ ਜਾਂਦਾ ਇਹ ਹੈ, ਅਤੇ ਮੇਰਾ ਨੰਬਰ ਹੈਗਾ ਵਟਸਐਪ ਵਾਲਾ 6840 6540। ਤੁਸੀਂ 2 ਮਿੰਟਾਂ ਦੀ ਵੀਡੀਓ ਜਾਂ 5 ਤੋਂ 7 ਫੋਟੋਆਂ ਤੁਸੀਂ ਮੇਰੇ ਵਟਸਐਪ ਨੰਬਰ 'ਤੇ ਤੁਸੀਂ ਭੇਜ ਸਕਦੇ ਹੋ, ਠੀਕ ਹੈ ਜੀ। ਜੇ ਕਿਸੇ ਨੇ ਟਰੈਕਟਰ ਜਾਂ ਮੈਸ ਕੋਈ ਵੀ ਖੇਤੀਬਾੜੀ ਦਾ ਸੰਦ ਹੋਵੇ ਤੁਸੀਂ ਸੇਲ ਕਰਾਉਣਾ ਦਾ, ਟੇਢਾ ਫੋਨ ਕਰਕੇ ਹੀ ਵੀਡੀਓ ਬਣਾ ਕੇ ਤੁਸੀਂ ਘੱਲਿਆ ਕਰੋ, ਠੀਕ ਹੈ ਜੀ। ਅਤੇ ਮੈਂ ਹੁਣ ਨੱਕੇ ਬੰਨੇ ਕਰਦੀ, ਆਪਾਂ ਕੱਢ ਲਈਏ ਕਹੀ, ਠੀਕ ਹੈ ਜੀ। ਪਹਿਲਾਂ ਤਾਂ ਮੈਂ ਆਹ ਫੱਟੀ ਮੋੜ ਦਿਆਂ, ਅਤੇ ਉਦੋਂ ਬਾਅਦ ਆਹ ਫੱਟੀ ਮੋੜਨੀ, ਆਪਾਂ ਫੱਟੀ ਉੱਧਰ ਸਾਈਡ ਪਾਉਣੀ, ਇਹਨੂੰ ਚਾਲੂ ਕਰਨਾ, ਠੀਕ ਹੈ। ਵਿੱਚ ਵਿੱਚ ਨਾ ਦਾਣੇ ਜਿਹੜੇ ਆ ਉਹ ਕਿਰੀ ਜਾਂਦੇ ਆ, ਸੁੱਕਿਆ ਪੈ ਗਿਆ। ਆਹ ਹੈਗਾ 26 ਇਧਰਲੀ ਸਾਈਡ ਵਾਲਾ, ਇਧਰਲੀ ਸਾਈਡ ਵਾਲਾ ਹੈਗਾ 212। ਇਹਦਾ ਕੱਦ ਵੀ ਜ਼ਿਆਦਾ 212 ਦਾ, ਦੇਖੋ ਤੁਸੀਂ ਫਰਕ ਆਉਂਦਾ ਹੋਊਗਾ। ਜਿਹੜਾ ਉਹ ਸਾਹਮਣੇ ਰਹੇਗਾ ਪਰ ਉਹ ਵੀ 212 ਤਾਂ, ਨਿੱਕਾ ਨਿੱਕਾ ਵਿਚਾਲੀ 26 ਲਾਇਆ ਸੀਗਾ, ਤੁਸੀਂ ਪਿਛਲੀ ਵੀਡੀਓ 'ਚ ਦੇਖਿਆ ਹੋਣਾ। ਵੈਸੇ ਤਾਂ ਇਹ ਪਿਆਗਾ ਮੇਰੀ ਰੌਣੀ ਰਹਿੰਦੀ ਹੈ, ਆਹ ਝੋਨੇ 'ਚ ਰੌਣੀ ਰਹਿੰਦੀ ਹੈ। ਉਹ ਸੁੱਕਾ ਪਿਆ ਵਿੱਚ ਅੰਦਰ ਥਾਂ ਦੀ, ਉਹ ਦੇਖ ਸਕਦੇ ਹੋ ਸੁੱਕਾ ਪਿਆ। ਜਿਹੜਾ ਇੱਧਰਲੀ ਸਾਈਡ ਵਾਲਾ ਇਹ ਝੋਨਾ ਸਾਰਾ ਲੱਗਿਆ ਹੋਇਆ, ਠੀਕ ਹੈ ਜੀ। ਨੱਕੇ ਬੰਨੇ ਮੈਂ ਕਰਤੇ, ਸਿਰ ਵਾਲੇ ਕਹਿਣ 'ਚ ਵੀ ਪਾਣੀ ਕਰਤਾ, ਵਿੱਚ ਵਿੱਚ ਬੀਜ ਦੀ ਵਰਾਇਟੀ ਹੋਰ ਆ, ਦੇਖੋ ਫਿਰ ਲਾਲ ਦਾਣੇ ਨਿਕਲਦੇ ਤੇ ਬੂਝਾ ਵੀ ਦੇਖੋ ਕਿਹੜੇ ਪ੍ਰਕਾਰ ਦਾ, ਪੱਤੇ ਬਹੁਤ ਘੱਟ ਆ ਬੂਝੇ ਨੇ। ਵੈਸੇ ਤਾਂ ਆਇਆ ਵਰਗੀ ਆ, ਦੇਖੋ ਸਾਰਾ ਆਇਆ ਗਿਆ। ਨੱਕੇ ਬੰਨੇ ਜਿਹੜੇ ਕਰਨ ਵਾਲੇ ਸੀ ਉਹ ਕਰਤੇ, ਅਤੇ ਦਾਣੇ ਬਹੁਤ ਘਿਰਦੇ ਥੱਲੇ,